काम एक मिनट ठहर जा, चल चल तू। चल। अस्सलाम वालेकुम जी। वालेकुम अस्सलाम। मेरे पाकिस्तान ने भराओ, सारे लोगों नूं बड़ा शौक आ बाहर आउण दा, दुबई आउण दा। कोई कहिंदा मेरा भरा बाहर गया, मम्मी बाहर जाना। बड़े मंदे हालात ने इत्थों दे। मैं तुहानूं दसदा कि पाकिस्तानी अपनी तलीम, मेरी BA आ, मैं कीता, मैनूं काम नहीं लभा, मैं दुबई आया। ते तुहानूं दसां कि घरदिआं नूं मैं नहीं सही गल दसदा, क्योंकि मां रहूगी अबू रहूगा। आ डब्बा जी, इहदे विच खेल लई, आ पेचकसा जी दो, आ टेप आ, आ मदारी वाली लकड़ी आ, आ जी मेरे को आ पुरजाया, ते आ मेरे को किल काबले दे दो थोड़ियां जी। ए भैन नूं लन, आ भी पाकिस्तान नूं मिल जांदा आ, आ भी पाकिस्तान नूं मिल जांदा आ, आ किल काबले भी मिल जांदे आ। ਇਹ ਮੈਂ ਇੱਥੇ ਹੀ ਭੈਣ ਹੀ ਆਉਣ ਡਿਆ, ਤੁਸੀਂ ਵੀ ਇੱਥੇ ਹੀ ਆ ਲਓ, ਬਾਹਰ ਆ ਕੇ ਭੈਣ ਹੀ ਆਉਣੀ ਆ। ਹਾਂਜੀ, ਇੱਥੇ ਹੀ ਆਪਣੀ ਕੋਈ ਸਮੋਸਿਆਂ ਦੀ ਦੁਕਾਨ ਪਾ ਲਓ। ਆਹ ਬੇਲਚੇ ਆ, ਇਹ ਸਾਰੀ ਦਿਹਾੜੀ ਫੇਰਨੇ ਆ, ਇੰਨਾ ਇੱਥੇ ਬੰਦੇ ਦੀ ਭੈਣ ਨੂੰ ਲੰਨ ਵੜ ਜਾਂਦਾ। ਆਹ ਟੋਪੀ, ਇਹ ਜਿਹੜੀ ਆਉਂਦਿਆਂ ਹੀ ਕੰਪਨੀ ਤੇਲ ਲਾ ਕੇ ਤੁਹਾਡੀ ਪੁੰਡ ਕੇ ਦੇ ਦਿੰਦੀ ਆ, ਇਹਨੂੰ ਸਿਰ ਤੇ ਰੱਖਣਾ, ਇੰਜ ਕਰਕੇ ਇਹਨੂੰ ਲਾਉਣਾ ਨਹੀਂ। ਤੇ ਆਹ ਮੇਰਾ ਮਦਾਰੀ ਵਾਲਾ ਡੱਬਾ ਆ, ਇਹਦੇ ਵਿੱਚ ਦਿਰਮ ਆ, ਦਿਰਮ। ਮੈਂ ਜਿਹੜੀ ਬੁੰਡ ਮਰਾਈ ਹੈ 5 ਮਹੀਨੇ, ਮੈਨੂੰ ਕੰਪਨੀ ਨੇ ਤਨਖਾਹ ਦਿੱਤੀ, ਉਹ ਦਿਰਮ ਮੈਂ ਬਾਲਟੀ 'ਚ ਰੱਖੀ ਹੈ। ਇਹ ਤੁਸੀਂ ਦੇਖਿਓ ਮੈਂ ਕਿੰਨੇ ਕਮਾਏ ਆ, ਇਹ ਆਹ ਦਿਰਮ ਆ, ਇਹ ਦਿਰਮ, ਇਹ ਮੇਰੀ ਮਾਂ ਨੂੰ ਲੁੱਲ ਵੜਿਆ, ਇਹ ਦਿਰਮ ਮੈਂ ਕਮਾਏ ਆ, ਇਹ ਦਿਰਮਾਂ ਦੀ ਬਾਲਟੀ ਭਰੀ ਆ, ਇੱਕ ਮਣ ਦਿਰਮ ਮੈਨੂੰ ਮਿਲੇ ਆ। ਇਹ ਵਾਹ 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 ਵਾਹ, ਇਹ ਆਹ ਦਿਰਮਾਂ ਦੀ ਬਾਲਟੀ ਹੈ। ਇੱਥੇ ਜਿਹੜਾ ਮੁੰਡ ਮਰਾਏਗਾ, ਉਹਦੀ ਬਾਲਟੀ ਦੇ ਵਿੱਚੋਂ ਏਦਾਂ ਸਮਾਨ ਨਿਕਲੇਗਾ, ਇਹਨੂੰ ਦਿਰਮ ਬੋਲਦੇ ਆ। ਹਾਂਜੀ, ਤੇ ਭਰਾਓ ਗੱਲ ਵਾ ਇਹ, ਆਹ ਥੋੜੀ ਲੈ ਲਓ, ਆਹ ਲੈ ਲਓ, ਤੇ ਆਪਣੇ ਮੁਲਕ 'ਚ ਕੰਮ ਕਰੋ। 2-2.5 ਲੱਖ ਰੁਪਈਆ ਦੇ ਕੇ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ, ਇਹ ਮੇਰਾ ਸਾਰੇ ਪਾਕਿਸਤਾਨੀ ਭਰਾਵਾਂ ਨੂੰ ਪੈਗਾਮ ਆ। ਆਪਣਾ ਕੰਮ ਕਰੋ, ਕੋਈ ਦੁਕਾਨ ਪਾ ਲਓ, ਕੋਈ ਕੋਈ ਹੋਰ ਕੋਈ ਛੋਟਾ ਮੋਟਾ ਕੰਮ ਕਰ ਲਓ, ਕੋਈ ਆਲੂ ਪਿਆਜ਼ ਦੀ ਰੇਹੜੀ ਲਾ ਲਓ, ਇੱਥੇ ਆਉਣ ਦਾ ਫਾਇਦਾ ਕੋਈ ਨਹੀਂ। ਫੋਰਮੈਨ ਬਹੁਤ ਜਲੀਲ ਕਰਦੇ ਆ, ਬਹੁਤ ਜਲੀਲ ਕਰਦੇ ਆ, ਬਹੁਤ ਕੁੱਟਦੇ ਆ, ਬਹੁਤ ਮਾਰਦੇ ਆ। ਬੰਦੇ ਨੂੰ ਕਹਿੰਦੇ ਆ ਜੇ ਕੰਮ ਨਹੀਂ ਕੀਤਾ ਤੇਰੀ ਕਟਿੰਗ ਕਰਾਂਗੇ, ਇੱਦਾਂ ਕਰਾਂਗੇ, ਇੱਥੇ ਤਾਂ ਰੋਟੀ ਵੀ ਨਹੀਂ ਖਾ ਹੁੰਦੀ। ਕੰਮ ਜਿਹੜਾ ਕਰਨਾ ਲਾਈਨ 'ਚ ਲਾ ਕੇ ਕਰਨਾ ਪੈਂਦਾ, ਰੋਟੀ ਲੈਣੀ ਆ, ਤੁਸੀਂ ਨਹਾਉਣਾ, ਜਿਹੜਾ ਵੀ ਕੰਮ ਕਰਨਾ ਉਹ ਲਾਈਨ 'ਚ ਕਰਨਾ ਪੈਂਦਾ। ਬੰਦਾ ਸੋਚਦਾ 800 ਰੁਪਈਆ ਤਨਖਾਹ ਆਉਂਦੀ, 300 ਦੀ ਰੋਟੀ ਖਾ ਲੈਂਦਾ, ਇੱਥੇ 500 ਪਿੱਛੇ ਕਰਾਉਂਦਾ, ਨਾ ਘਰਦਿਆਂ ਦਾ ਕੁਛ ਬਣਦਾ, ਨਾ ਆਪਣਾ। ਹਾਂਜੀ, ਘਰ ਦੇ ਬਹੁਤ ਯਾਦ ਆਉਂਦੇ ਆ ਬੰਦੇ ਨੂੰ, ਇੱਥੇ ਬੜੀਆਂ ਮਜਬੂਰੀਆਂ ਵਾ, ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਕੋਈ ਬੰਦਾ ਬਾਹਰ ਨਾ ਆਵੇ। ਆਹ ਕੁਛ ਵਾ, ਮੈਂ ਦੇਖ ਲਓ ਦੁਬਈ ਦੇ ਵਿੱਚ ਬੈਠਾ ਵਾਂ, ਐਲੈਨ ਸਿਟੀ ਦੇ ਵਿੱਚ, ਤੇ ਕੀ ਮੈਂ ਕਰਨ ਡਿਆ ਵਾਂ। 3 ਲੱਖ ਰੁਪਈਆ ਮੈਂ ਲਾ ਕੇ ਆਇਆ, 2 ਸਾਲਾਂ 'ਚ ਪੂਰਾ ਹੋਣਾ, ਤੇ ਬਸ ਮਾਵਾਂ ਭੈਣਾਂ ਭਰਾਵਾਂ ਤੋਂ ਦੂਰ ਆ ਗਏ ਹਾਂ। ਇਹ ਗੱਲ ਉਹ ਹੀ ਆ ਵੀ ਅਸੀਂ ਆਪਣੇ ਮੁਲਕ 'ਚ ਰਹਿ ਕੇ ਕੁਛ ਨਹੀਂ ਕਰਦੇ, ਇੱਥੇ ਆ ਕੇ ਸਾਨੂੰ ਸਾਰਾ ਕੁਛ ਕਰਨਾ ਪੈਂਦਾ ਆ। ਮਾਂ ਪਿਓ ਦੀਆਂ ਅੱਖਾਂ ਤੋਂ ਓਹਲੇ, ਉਹਨਾਂ ਦੇ ਜਿਹਨ 'ਚ ਹੁੰਦਾ ਵੀ ਪੁੱਤ ਪਤਾ ਨਹੀਂ ਕੀ ਕਰਨ ਡਿਆ, ਤੇ ਪੁੱਤ ਇੱਥੇ ਜੋ ਕਰਨ ਡਿਆ ਉਹ ਤੁਸੀਂ ਦੇਖ ਹੀ ਰਹੇ ਹਾਂ। ਤੇ ਬਰਾਏ ਮਿਹਰਬਾਨੀ ਭਰਾਓ, ਇੱਥੇ ਨਾ ਆਓ, ਤੇ ਇੱਥੇ ਹੀ ਭੈਣੀ ਜਾਓ।